ਅਸੀਂ ਸੁਣਿਆ ਸੀ ਕਿ ਪੰਜਾਬੀਆਂ ਨੇ ਬਹੁਤ ਵੱਡੇ ਵੱਡੇ ਸੰਘਰਸ਼ ਜਿਹੜੇ ਜਿੱਤੇ ਹੋਏ ਹੈ ਪਰ ਅਸੀਂ ਆਪਣੀਆਂ ਨਜ਼ਰਾਂ ਦੇ ਨਾਲ ਆਪਣੀ ਹੋਸ਼ ਆਵਾਜ਼ ਦੇ ਨਾਲ ਅਸੀਂ ਸੰਘਰਸ਼ ਦਾ ਹਿੱਸਾ ਬਣ ਕੇ ਪਹਿਲੀ ਵਾਰੀ ਦੇਖਿਆ ਕਿ ਜੇ ਏਕਤਾ ਵੇਖੀ ਹੈ ਤੇ ਮਜ਼ਦੂਰ ਕਿਸਾਨ ਦੀ ਏਕਤਾ ਵੇਖੀ ਹੈ ਤੇ ਜਿੱਤ ਪ੍ਰਾਪਤ ਹੋ ਗਈ ਕਿਸੇ ਨੇ ਸਵਾਲ ਵੀ ਕੀਤਾ ਸੀ ਕਿ ਬੂਟਾ ਮਾਮਾ ਜੀ ਤੁਸੀਂ ਤਾਂ ਕਿਸਾਨ ਨਹੀਂ ਹੈਗੇ ਤੁਸੀਂ ਅੰਦੋਲਨ ਵਿੱਚ ਕਿਉਂ ਆਏ ਆ ਅਸੀਂ ਇੱਕੋ ਹੀ ਗੱਲ ਦਾ ਜਵਾਬ ਦਿੱਤਾ ਕਿ ਅਸੀਂ ਜੇ ਕਿਸਾਨ ਨਹੀਂ ਅਸੀਂ ਇਨਸਾਨ ਹੈ ਜੇ ਅਸੀਂ ਇਨਸਾਨ ਹਾਂ ਅਸੀਂ ਜਿਉਂਦੇ ਹਾਂ ਤਾਂ ਇਹਨਾਂ ਇਹ ਜਿਹੜੇ ਸਾਡੇ ਕਿਸਾਨ ਹੈ ਇਹ ਅੰਨਦਾਤਾ ਅਸੀਂ ਅੰਨ ਖਾ ਕੇ ਜਿਉਂਦੇ ਹਾਂ ਅਤੇ ਅੰਨ ਖਾ ਕੇ ਗਾਉਂਦੇ ਹਾਂ ਅਸੀਂ ਇਹਨਾਂ ਦੇ ਪਿੱਛੇ ਨਹੀਂ ਹੋ ਸਕਦੇ ਇਹਨਾਂ ਦੇ ਮੋਹਰੇ ਹੋ ਕੇ ਲੜਾਈ ਲੜਾਂਗੇ ਗੰਨੇ ਦੇ ਰੇਟ ਨੂੰ ਵਧਾਉਣਾ ਸੀ ਅਤੇ ਅਸੀਂ ਮੇਰੇ ਨਾਲ ਮੇਰਾ ਛੋਟਾ ਵੀਰ ਸਰਦਾਰ ਅਲੀ ਮਾਸਟਰ ਸਲੀਮ ਫਿਰੋਜ਼ ਖਾਨ ਜੀ ਖਾਨ ਮਾਸ਼ਾ ਅਲੀ ਕਮਲ ਖਾਨ ਪ੍ਰਵੀਨ ਅਖਤਰ ਜੀ ਅਮਨ ਨੂਰੀ ਜੀ ਸਾਰੇ ਅਸੀਂ ਉੱਥੇ ਪਹੁੰਚੇ ਅਸੀਂ ਉਸ ਅੰਦੋਲਨ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਜਾ ਕੇ ਹਰਿਮੰਦਰ ਸਾਹਿਬ ਵਿਖੇ ਜਾ ਕੇ ਅਰਦਾਸ ਕੀਤੀ ਅਤੇ ਦੂਸਰੇ ਦਿਨ ਪਤਾ ਲੱਗ ਗਿਆ ਕਿ ਤੁਹਾਡਾ ਮਸਲਾ ਹੱਲ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਜ਼ਦੂਰ ਕਿਸਾਨ ਮਜ਼ਦੂਰ ਕਿਸਾਨ ਏਕਤਾ ਦਾ ਜਿਹੜਾ ਸਿਲਾ ਮਿਲਿਆ ਜਿਹੜਾ ਨਤੀਜਾ ਨਿਕਲਿਆ ਕਿਸੇ ਨੂੰ ਉਮੀਦ ਨਹੀਂ ਸੀ ਕਿ ਸਵੇਰੇ ਆਹ ਚੀਜ਼ ਅਨਾਊਂਸ ਹੋ ਜਾਣੀ ਹੈ ਕਿਸੇ ਨੂੰ ਉਮੀਦ ਨਹੀਂ ਸੀ ਕਿ ਇਹ ਮਸਲਾ ਹੱਲ ਹੋ ਜਾਣਾ ਔਰ ਮਜ਼ਦੂਰ ਕਿਸਾਨਾਂ ਦਾ ਇਹ ਸੰਘਰਸ਼ ਜਿਹੜਾ ਅਸੀਂ ਸੁਣਿਆ ਸੀ ਕਿ ਪੰਜਾਬੀਆਂ ਨੇ ਬਹੁਤ ਵੱਡੇ ਵੱਡੇ ਸੰਘਰਸ਼ ਜਿਹੜੇ ਜਿੱਤੇ ਹੋਏ ਹੈ ਪਰ ਅਸੀਂ ਆਪਣੀਆਂ ਨਜ਼ਰਾਂ ਦੇ ਨਾਲ ਆਪਣੀ ਹੋਸ਼ ਆਵਾਜ਼ ਦੇ ਨਾਲ ਅਸੀਂ ਸੰਘਰਸ਼ ਦਾ ਹਿੱਸਾ ਬਣ ਕੇ ਪਹਿਲੀ ਵਾਰੀ ਦੇਖਿਆ ਕਿ ਜੇ ਏਕਤਾ ਵੇਖੀ ਹੈ ਤੇ ਮਜ਼ਦੂਰ ਕਿਸਾਨ ਦੀ ਏਕਤਾ ਵੇਖੀ ਹੈ ਤੇ ਜਿੱਤ ਪ੍ਰਾਪਤ ਹੋ ਗਈ ਹੈ ਜਿਹੜੀ ਚੀਜ਼ ਨਹੀਂ ਸੀ ਹੋ ਸਕਦੀ ਉਹ ਤੁਹਾਡੀ ਏਕਤਾ ਨੇ ਕਰਾ ਕੇ ਦੱਸਦੀ ਹੈ ਹੁਣ ਤਾਂ ਹਾਥੀ ਲੰਘ ਗਿਆ ਤੇ ਪੂਛ ਜਿਹੀ ਰਹਿੰਦੀ ਹੈ ਤੇ ਹੁਣ ਕੁਛ ਵੀ ਪਿੱਛੇ ਨਹੀਂ ਰਹਿ ਗਿਆ ਤੁਸੀਂ ਜਿੱਤ ਗਏ ਹਾਂ ਅਸੀਂ ਤੁਹਾਨੂੰ ਵਧਾਈਆਂ ਦੇਣ ਵਾਸਤੇ ਇੱਥੇ ਆਏ ਹਾਂ ਔਰ ਤੁਹਾਨੂੰ ਮਜ਼ਦੂਰ ਕਿਸਾਨ ਏਕਤਾ ਨੂੰ ਪੂਰੀ ਵਿਸ਼ਵ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਵਧਾਈ ਹੈ ਕਿ ਜਿਹੜੀ ਚੀਜ਼ ਤੁਸੀਂ ਅੱਜ ਕਰਕੇ ਏਕਤਾ ਦੇ ਵਿੱਚ ਕਰਕੇ ਦਿਖਾ ਦਿੱਤੀ ਹੈ ਇਹ ਇੱਕ ਇਤਿਹਾਸ ਬਣ ਗਿਆ ਦੁਨੀਆ ਦੇ ਵਿੱਚ ਇਤਿਹਾਸ ਬਣ ਗਿਆ ਔਰ ਇਸ ਇਤਿਹਾਸ ਦੇ ਇਸ ਇਤਿਹਾਸ ਦਾ ਭਾਰਤ ਦਾ ਜਿਹੜਾ ਹਾਰਟ ਹੈ ਭਾਰਤ ਦਾ ਜਿਹੜਾ ਦਿਲ ਹੈ ਉਹ ਸਿਹਰਾ ਸਾਰਾ ਪੰਜਾਬ ਨੂੰ ਜਾਂਦਾ ਪੰਜਾਬੀਆਂ ਨੇ ਮੁਹਿੰਮ ਨੂੰ ਸ਼ੁਰੂ ਕੀਤਾ ਸੀ ਪੰਜਾਬੀਆਂ ਨੇ ਅੰਦੋਲਨ ਨੂੰ ਸ਼ੁਰੂ ਕੀਤਾ ਸੀ ਮੈਨੂੰ ਯਾਦ ਹੈ ਇੱਥੇ ਮੇਰੇ ਭਰਾ ਸਾਰੇ ਅਹੁਦੇਦਾਰ ਸਾਰੇ ਹੈਗੇ ਹੈ ਮੌਜੂਦ ਨੇ ਇਹਨਾਂ ਨੂੰ ਸਭ ਨੂੰ ਪਤਾ ਕਿ ਜਿੱਥੇ ਜਿੱਥੇ ਵੀ ਅੰਦੋਲਨ ਹੋਇਆ ਉੱਥੇ ਅਸੀਂ ਆਪਣਾ ਫਰਜ਼ ਸਮਝ ਕੇ ਉੱਥੇ ਪਹੁੰਚੇ ਹੈ ਔਰ ਜਦੋਂ ਅਸੀਂ ਉੱਥੇ ਪਹੁੰਚੇ ਹੈ ਕਿਸੇ ਨੇ ਸਵਾਲ ਵੀ ਕੀਤਾ ਸੀ ਕਿ ਬੂਟਾ ਮਾਮਾ ਜੀ ਤੁਸੀਂ ਤਾਂ ਕਿਸਾਨ ਨਹੀਂ ਹੈਗੇ ਤੁਸੀਂ ਅੰਦੋਲਨ ਵਿੱਚ ਕਿਉਂ ਆਏ ਹੈ ਅਸੀਂ ਇੱਕੋ ਹੀ ਗੱਲ ਦਾ ਜਵਾਬ ਦਿੱਤਾ ਕਿ ਅਸੀਂ ਜੇ ਕਿਸਾਨ ਨਹੀਂ ਅਸੀਂ ਇਨਸਾਨ ਹੈ ਜੇ ਅਸੀਂ ਇਨਸਾਨ ਹਾਂ ਅਸੀਂ ਜਿਉਂਦੇ ਹਾਂ ਤਾਂ ਇਹਨਾਂ ਇਹ ਜਿਹੜੇ ਸਾਡੇ ਕਿਸਾਨ ਹੈ ਇਹ ਅੰਨਦਾਤਾ ਅਸੀਂ ਅੰਨ ਖਾ ਕੇ ਜਿਉਂਦੇ ਹਾਂ ਅਤੇ ਅੰਨ ਖਾ ਕੇ ਗਾਉਂਦੇ ਹਾਂ ਅਸੀਂ ਇਹਨਾਂ ਦੇ ਪਿੱਛੇ ਨਹੀਂ ਹੋ ਸਕਦੇ ਇਹਨਾਂ ਦੇ ਮੋਹਰੇ ਹੋ ਕੇ ਲੜਾਈ ਲੜਾਂਗੇ
ਦੁਨੀਆ ਦਾ ਅੰਨਦਾਤਾ, ਦੁਨੀਆ ਨੂੰ ਅੰਨ ਦੇਣ ਵਾਸਤੇ ਪੈਦਾ ਹੋਇਆ ਹੈ। ਔਰ ਬੇਮਿਸਾਲ ਤੁਸੀਂ ਇਹ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਜਿਹੜੀ ਜਿੱਤ ਪ੍ਰਾਪਤ ਹੋਈ ਹੈ, ਜਿਹਦੀ ਆਸ ਉਮੀਦ ਕੋਈ ਨਹੀਂ ਸੀ। ਦੇਖੋ, ਅਸੀਂ ਸਾਡਾ ਇੱਕ ਕਾਫਲਾ ਮੀਰ ਬਣਿਆ ਹੋਇਆ ਜਲੰਧਰ ਦੇ ਵਿੱਚ। ਜਦੋਂ ਇੱਕ ਬਹੁਤ ਵੱਡਾ ਅੰਦੋਲਨ ਸ਼ੁਰੂ ਹੋਇਆ ਸੀ, ਮੇਰੇ ਖਿਆਲ ਗੰਨੇ ਦਾ, ਉਦੋਂ ਪਾਲੇ ਭਾਜੀ ਗੰਨੇ ਦਾ ਸੀ ਨਾ, ਗੰਨੇ ਦੇ ਰੇਟ ਨੂੰ ਵਧਾਉਣਾ ਸੀ, ਅਤੇ ਅਸੀਂ ਮੇਰੇ ਨਾਲ ਮੇਰਾ ਛੋਟਾ ਵੀਰ ਸਰਦਾਰ ਅਲੀ, ਮਾਸਟਰ ਸਲੀਮ, ਫਿਰੋਜ਼ ਖਾਨ, ਜੀ ਖਾਨ, ਮਾਸ਼ਾ ਅਲੀ, ਕਮਲ ਖਾਨ, ਪ੍ਰਵੀਨ ਅਖਤਰ ਜੀ, ਅਮਨ ਨੂਰੀ ਜੀ, ਸਾਰੇ ਅਸੀਂ ਉੱਥੇ ਪਹੁੰਚੇ। ਅਸੀਂ ਉਸ ਅੰਦੋਲਨ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਜਾ ਕੇ, ਹਰਿਮੰਦਰ ਸਾਹਿਬ ਵਿਖੇ ਜਾ ਕੇ ਅਰਦਾਸ ਕੀਤੀ, ਅਤੇ ਦੂਸਰੇ ਦਿਨ ਪਤਾ ਲੱਗ ਗਿਆ ਕਿ ਤੁਹਾਡਾ ਮਸਲਾ ਹੱਲ ਹੋ ਗਿਆ। ਸੋ ਅੱਜ ਜਿਹੜੀ ਜਿੱਤ ਦੀ ਖੁਸ਼ੀ ਹੈ, ਉਹ ਮੇਰਾ ਖਿਆਲ ਹੈ ਸਾਨੂੰ ਪਤਾ ਨਹੀਂ ਲੱਗਦਾ, ਅੱਖਾਂ ਦੇ ਵਿੱਚ ਪਾਣੀ ਵੀ ਆ ਰਿਹਾ, ਦਿਲ ਭਰ ਰਿਹਾ, ਇਹ ਖੁਸ਼ੀ ਦਾ ਆਂਸੂ ਵੀ ਆਉਂਦੇ ਹੈ, ਇੱਕ ਗਮੀ ਦੇ ਹੁੰਦੇ ਹੈ। ਅਤੇ ਇਸ ਸੰਘਰਸ਼ ਦੇ ਵਿੱਚ ਆ ਕੇ ਜਿਹੜਾ ਵੀ ਬੁਲਾਰਾ ਹੋਵੇ, ਜਿਹੜਾ ਵੀ ਇਨਸਾਨ ਹੋਵੇ, ਜਿਹਦੇ ਹੱਥ ਮਾਈਕ ਆਵੇ, ਜਿਹੜਾ ਸ਼ਹੀਦਾਂ ਨੂੰ ਨਾਂ ਯਾਦ ਕਰੇ, ਜਿਹੜੇ 700 ਤੋਂ ਪਲੱਸ ਸ਼ਹੀਦ ਹੋਏ ਹੈ, ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ, ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਹਰ ਇਨਸਾਨ ਇੱਥੇ ਆਉਂਦਾ ਅਤੇ ਹਰ ਇਨਸਾਨ ਉਹਨਾਂ ਨੂੰ ਯਾਦ ਰੱਖਦਾ। 700 ਤੋਂ ਵੱਧ ਇੱਥੇ ਸ਼ਹੀਦ ਹੋਏ, ਜਿਨ੍ਹਾਂ ਨੂੰ ਸ਼ਹਾਦਤ ਦਾ ਦਰਜਾ ਮਿਲਿਆ ਕਿਸਾਨਾਂ ਨੂੰ, ਉਹਨਾਂ ਦੇ ਵਿੱਚ ਮੇਰੇ ਵੱਡੇ ਭਾਈ ਸਾਹਿਬ ਸੁਰਾਂ ਦਾ ਸਾਗਰ, ਸੁਰਾਂ ਦਾ ਦੁੱਲਾ, ਸਰਦੂਲ ਸਿਕੰਦਰ ਜੀ ਦਾ ਨਾਮ ਵੀ ਜ਼ਿਕਰਯੋਗ ਹੈ। ਔਰ ਅਸੀਂ ਸਾਰੇ ਉਹਨਾਂ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ, ਔਰ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ, ਔਰ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ, ਉਹਨਾਂ ਦਾ ਜ਼ਿਕਰ ਇਸ ਮੰਚ 'ਤੇ ਵੀ, ਇਸ ਜਗ੍ਹਾ 'ਤੇ ਵੀ, ਔਰ ਜਿੱਥੇ ਜਿੱਥੇ ਕਿਸਾਨ ਵੱਸਦਾ ਉੱਥੇ ਉੱਥੇ ਜ਼ਿਕਰ ਹੋਣਾ ਚਾਹੀਦਾ ਉਹਨਾਂ ਸ਼ਹੀਦਾਂ ਦਾ। ਔਰ ਸ਼ਹੀਦਾਂ ਵਾਸਤੇ ਜ਼ੋਰਦਾਰ ਤਾਲੀਆਂ ਵਜਾ ਦਿਓ, ਜਿਹੜੇ ਸ਼ਹੀਦ ਹੋਏ ਹੈ ਉਹਨਾਂ ਵਾਸਤੇ ਸਾਰਿਆਂ ਨੇ ਅਰਦਾਸ ਕਰਨੀ ਹੈ। ਔਰ ਇੱਕ ਵਾਰੀ ਨਾਰਾ ਮੈਂ ਵੀ ਬੁਲੰਦ ਕਰ ਦੇਵਾਂ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਸੋ ਅੱਛਾ ਜੀ, ਅੱਛਾ ਠੀਕ ਹੈ ਜੀ, ਸਾਡੇ ਸਰਦਾਰ ਜੀ ਕਹਿੰਦੇ ਗੱਲਾਂ ਨਾ ਕਰੀ ਜਾਇਓ, ਕਿਤੇ ਗਾਣਾ ਵੀ ਸੁਣਾ ਦਿਓ। ਗੱਲ ਕਿਹੜੀ, ਅਸੀਂ ਤਾਂ ਪੈਦਾ ਗਾਉਣ ਵਾਸਤੇ ਹੋਏ ਹਾਂ, ਅਤੇ ਗਾਣੇ ਵੀ ਸਾਨੂੰ ਹੁਣੇ ਚੰਗੇ ਲੱਗਣ ਲੱਗੇ ਹੈ। ਦੋਸਤੋ, ਤੁਸੀਂ ਸ਼ਾਇਦ ਮੇਰੀਆਂ ਬਹੁਤ ਸਾਰੀਆਂ ਸਟੇਟਮੈਂਟਾਂ ਵੇਖੀਆਂ ਹੋਣੀਆਂ ਕਿ ਮੈਂ ਅਕਸਰ ਸਟੇਜਾਂ ਦੇ ਉੱਤੇ ਬੋਲਦਾ ਸੀ ਕਿ ਅਸੀਂ ਉਦੋਂ ਭੰਗੜੇ ਪਾਉਣੇ ਆ ਜਦੋਂ ਸਾਡੇ ਕਿਸਾਨ ਜਿੱਤ ਕੇ ਆਉਣਗੇ ਪੰਜਾਬ ਨੂੰ। ਇਹ ਗੱਲ ਪੱਕੀ ਹੈ, ਔਰ ਪਰਮਾਤਮਾ ਨੇ ਪਤਾ ਨਹੀਂ ਕਿਹੜੇ ਮਹਾਂਪੁਰਸ਼ ਦੀ ਸੁਣੀ ਹੈ, ਪਤਾ ਨਹੀਂ ਕਿਹੜੇ ਸੰਤਾਂ ਦੀ ਸੁਣੀ ਹੈ, ਪਤਾ ਨਹੀਂ ਕਿਹੜੇ ਗੁਰੂ ਮਹਾਰਾਜ ਦੀ ਸੁਣੀ ਹੈ, ਪਤਾ ਨਹੀਂ ਕਿਹੜੇ ਫਕੀਰ ਦੀ ਸੁਣੀ ਹੈ, ਅਤੇ ਅੱਜ ਜਿੱਤ ਹੋਈ ਹੈ, ਮਜ਼ਦੂਰ ਕਿਸਾਨ ਏਕਤਾ ਦੀ ਜਿੱਤ ਹੋਈ ਹੈ। ਤਾਲੀਆਂ ਵਜਾ ਦਿਓ, ਮੈਂ ਹੁਣ ਤੁਹਾਨੂੰ ਗਾਣਾ ਵੀ ਸੁਣਾ ਦਿੰਦਾ। ਗਾਣਾ ਪਹਿਲਾਂ ਜਿੱਤ ਦਾ ਹੀ ਆਪਾਂ ਕਰੀਏ ਸ਼ੁਰੂ, ਜਾਂ ਪਹਿਲਾਂ ਜਿੱਤ ਦਾ ਹੀ ਕਰ ਲਈਏ? ਲਓ ਜੀ, ਜਿੱਤ ਦਾ ਗਾਣਾ ਮੈਂ ਹੁਣੇ ਰਾਤੀ ਲਾਲ ਭਾਜੀ ਨੂੰ ਮੈਂ ਫੋਨ ਕੀਤਾ, ਲਾਲ ਅਠੌਲੀ ਵਾਲਾ, ਇੱਕ ਵੀ ਨਾਂ ਦੇ ਤਾਲੀ ਜ਼ਰੂਰ ਵਜਾ ਦਿਓ ਲਾਲ ਅਠੌਲੀ ਵਾਲਾ ਵਾਸਤੇ। ਭਾਜੀ ਖੜ੍ਹੇ ਹੋ ਜਰਾ ਇੱਕ ਮਿੰਟ, ਖੜ੍ਹੇ ਹੋ ਜਾਓ, ਖੜ੍ਹੇ ਹੋ ਜਾਓ। ਇਹ ਲਾਲ ਅਠੌਲੀ ਵਾਲਾ ਔਰ ਜਿੰਨਾ ਵੀ ਇਹਨਾਂ ਨੇ ਲਿਖਿਆ, ਬਹੁਤ ਲਾਜਵਾਬ ਲਿਖਿਆ। ਅਠੌਲੀ ਤੋਂ ਸਾਡੇ ਸਾਰੇ ਮੋਤਬਰ ਸੱਜਣ ਆਏ ਹੋਏ ਹੈ, ਅਤੇ ਜਿੰਨੇ ਵੀ ਹੁਣ ਮੈਂ ਇਕੱਲਾ ਹੀ ਹਾਂ, ਮੈਂ ਸਾਜ ਹੈ ਨਹੀਂ ਗੇ, ਅਤੇ ਸਾਜ ਤੁਸੀਂ ਹੀ ਆ ਮੇਰੇ। ਤਾਲੀਆਂ ਠੀਕ ਹੈ ਜੀ। ਅੱਛਾ ਜੀ, ਗਾ ਦਿੰਦੇ ਜੀ, ਕੋਈ ਗੱਲ ਨਹੀਂ। ਹੁਣ ਗਾਣੇ ਵੀ ਸਾਨੂੰ ਚੰਗੇ ਲੱਗਦੇ, ਉਦੋਂ ਗਾਣੇ ਸਾਨੂੰ ਚੰਗੇ ਨਹੀਂ ਸੀ ਲੱਗਦੇ।
ਤੇ ਹੁਣ ਗਾਣੇ ਵੀ ਤੇ ਭੰਗੜਾ ਵੀ ਸਾਰਾ ਕੁਝ ਚੰਗਾ ਲੱਗਦਾ ਹੁਣ ਤਾਂ ਢੋਲ ਵਜਾ ਕੇ ਗਾਵਾਂਗੇ ਤੁਸੀਂ ਪੰਜਾਬ ਆ ਜਾਓ ਜਾ ਕੇ ਆਪਾਂ ਪਾਰਟੀਆਂ ਕਰਨੀਆਂ ਗੱਲ ਹੀ ਕੋਈ ਨਹੀਂ ਹੈ ਅਜਾਸਾ ਜੀ ਸਾਡੇ ਹੱਕ ਸਾਡਿਆਂ ਹੱਕਾਂ ਚ ਰਹਿ ਗਏ ਕੀਤੇ ਹੈ ਸ਼ਿੰਗਾਰਿਸ਼ਾਂ ਦੇ ਮੁੱਲ ਪੈ ਗਏ ਸਾਡੇ ਹੱਕ ਸਾਡਿਆਂ ਹੱਕਾਂ ਚ ਰਹਿ ਗਏ ਕੀਤੇ ਹੈ ਸ਼ਿੰਗਾਰਿਸ਼ਾਂ ਦੇ ਮੁੱਲ ਪੈ ਗਏ ਹੋ ਗਏ ਅਮਰ ਜਿਨ੍ਹਾਂ ਦਿੱਤੇ ਬਲੀਦਾਨ ਹੋ ਗਏ ਅਮਰ ਜਿਨ੍ਹਾਂ ਦਿੱਤੇ ਬਲੀਦਾਨ ਜਿੱਤ ਗਏ ਮਜ਼ਦੂਰ ਕਿਸਾਨ ਜਿੱਤ ਗਏ ਮਜ਼ਦੂਰ ਤੇ ਕਿਸਾਨ ਜਿੱਤ ਗਏ ਮਜ਼ਦੂਰ ਤੇ ਕਿਸਾਨ ਮੈਂ ਕਿਹਾ ਜਿੱਤ ਗਏ ਮਜ਼ਦੂਰ ਤੇ ਕਿਸਾਨ ਲੋਕੋ ਜਿੱਤ ਗਏ ਮਜ਼ਦੂਰ ਤੇ ਕਿਸਾਨ ਹੋ ਜਿੱਤ ਗਏ ਮਜ਼ਦੂਰ ਤੇ ਕਿਸਾਨ ਸਾਡੇ ਹੱਕਾਂ ਸਾਡੀਆਂ ਹੱਕਾਂ ਚ ਰਹਿ ਗਏ ਸਾਡੇ ਹੱਕ ਸਾਡੀਆਂ ਹੱਕਾਂ ਚ ਰਹਿ ਗਏ ਕੀਤੇ ਹੈ ਸ਼ਿੰਗਾਰਿਸ਼ਾਂ ਦੇ ਮੁੱਲ ਪੈ ਗਏ ਕੀਤੇ ਹੈ ਸ਼ਿੰਗਾਰਿਸ਼ਾਂ ਦੇ ਮੁੱਲ ਪੈ ਗਏ ਹੋ ਗਏ ਅਮਰ ਜਿਨ੍ਹਾਂ ਦਿੱਤੇ ਬਲੀਦਾਨ ਹੋ ਗਏ ਅਮਰ ਜਿਨ੍ਹਾਂ ਦਿੱਤੇ ਬਲੀਦਾਨ ਜਿੱਤ ਗਏ ਮਜ਼ਦੂਰ ਤੇ ਕਿਸਾਨ ਜਿੱਤ ਗਏ ਮਜ਼ਦੂਰ ਤੇ ਕਿਸਾਨ ਉਹ ਲੋਕੋ ਜਿੱਤ ਗਏ ਉਹ ਅੱਜ ਜਿੱਤ ਗਏ ਹਾਂ ਉਹ ਜਿੱਤ ਗਏ ਮਜ਼ਦੂਰ ਤੇ ਕਿਸਾਨ ਹਾਂ ਪਹਿਲਾਂ ਵਾਂਗੂ ਨਾਰਾ ਹੁਣ ਲਾਓ ਦੋਸਤੋ ਪਹਿਲਾਂ ਵਾਂਗੂ ਨਾਰਾ ਹੁਣ ਲਾਓ ਦੋਸਤੋ ਉਹ ਪਹਿਲਾਂ ਵਾਂਗੂ ਨਾਰਾ ਹੁਣ ਲਾਓ ਦੋਸਤੋ ਪਹਿਲਾਂ ਵਾਂਗੂ ਨਾਰਾ ਹੁਣ ਲਾਓ ਦੋਸਤੋ ਨਾਰਾ ਕਿਹੜਾ ਲਾਉਣਾ ਮਜ਼ਦੂਰ ਕਿਸਾਨ ਏਕਤਾ ਮਜ਼ਦੂਰ ਕਿਸਾਨ ਏਕਤਾ ਪਹਿਲਾਂ ਵਾਂਗੂ ਨਾਰਾ ਹੁਣ ਲਾਓ ਦੋਸਤੋ ਪਹਿਲਾਂ ਵਾਂਗੂ ਨਾਰਾ ਹੁਣ ਲਾਓ ਦੋਸਤੋ ਉਹ ਨੱਚ ਨੱਚ ਖੁਸ਼ੀਆਂ ਮਨਾਵੋ ਦੋਸਤੋ ਨੱਚ ਨੱਚ ਖੁਸ਼ੀਆਂ ਮਨਾਵੋ ਦੋਸਤੋ ਉਹ ਪਹਿਲਾਂ ਵਾਂਗੂ ਨਾਰਾ ਹੁਣ ਲਾਓ ਦੋਸਤੋ ਨੱਚ ਨੱਚ ਖੁਸ਼ੀਆਂ ਮਨਾਵੋ ਦੋਸਤੋ ਮੈਂ ਕਿਹਾ ਨੱਚ ਨੱਚ ਖੁਸ਼ੀਆਂ ਮਨਾਵੋ ਦੋਸਤੋ ਦਿਲੋਂ ਧੰਨਵਾਦ ਕੀਤੀ ਦਾਨੀਆਂ ਨੇ ਦਾਨ ਦਿਲੋਂ ਧੰਨਵਾਦ ਕੀਤੇ ਦਾਨੀਆਂ ਨੇ ਦਾਨ ਉਹ ਜਿੱਤ ਗਏ ਮਜ਼ਦੂਰ ਤੇ ਕਿਸਾਨ ਜਿੱਤ ਗਏ ਮਜ਼ਦੂਰ ਤੇ ਕਿਸਾਨ ਉਹ ਲੋਕ ਜਿੱਤ ਗਏ ਮਜ਼ਦੂਰ ਤੇ ਕਿਸਾਨ ਉਹ ਅੱਜ ਜਿੱਤ ਗਏ ਮਜ਼ਦੂਰ ਤੇ ਕਿਸਾਨ ਸੱਚੀ ਜਿੱਤ ਗਏ ਮਜ਼ਦੂਰ ਤੇ ਕਿਸਾਨ ਉਹ ਜਿੱਤ ਗਏ ਮਜ਼ਦੂਰ ਤੇ ਕਿਸਾਨ ਉਹ ਲੋਕ ਜਿੱਤ ਗਏ ਮਜ਼ਦੂਰ ਤੇ ਕਿਸਾਨ ਹਾਂਜੀ ਚੜਿਆ ਤੁਹਾਡੀ ਏਕਤਾ ਨੂੰ ਰੰਗਿਆ ਚੜਿਆ ਤੁਹਾਡੀ ਏਕਤਾ ਨੂੰ ਰੰਗਿਆ ਉਹ ਚੜਿਆ ਤੁਹਾਡੀ ਏਕਤਾ ਨੂੰ ਰੰਗਿਆ ਚੜਿਆ ਤੁਹਾਡੀ ਏਕਤਾ ਨੂੰ ਰੰਗਿਆ ਮੋਢੇ ਨਾਲ ਮੋਢਾ ਲੱਕ ਕੀਤੀ ਜਾਂਗਿਆ ਮੋਢੇ ਨਾਲ ਮੋਢਾ ਲੱਕ ਕੀਤੀ ਜਾਂਗਿਆ ਉਹ ਮੋਢਾ ਲੱਕ ਕੀਤੀ ਜਾਂਗਿਆ ਮੋਢੇ ਨਾਲ ਮੋਢਾ ਲੱਕ ਕੀਤੀ ਜਾਂਗਿਆ ਕੱਲਾ ਕੱਲਾ ਕਿਸਮ ਤੋਂ ਹੋਣਾ ਨੀ ਬਿਆਨ ਕੱਲਾ ਕੱਲਾ ਕਿਸਾ ਮੇ ਤੋਂ ਹੋਣਾ ਨੀ ਬਿਆਨ ਮੈਂ ਕਿਹਾ ਜਿੱਤ ਗਏ ਮਜ਼ਦੂਰ ਤੇ ਕਿਸਾਨ ਲੋਕੋ ਜਿੱਤ ਗਏ ਮਜ਼ਦੂਰ ਤੇ ਕਿਸਾਨ ਓ ਹਾਂ ਜਿੱਤ ਗਏ ਮਜ਼ਦੂਰ ਤੇ ਕਿਸਾਨ ਸੱਚੀ ਜਿੱਤ ਗਏ ਮਜ਼ਦੂਰ ਤੇ ਕਿਸਾਨ ਅੱਜ ਜਿੱਤ ਗਏ ਮਜ਼ਦੂਰ ਤੇ ਕਿਸਾਨ ਅਠੌਲੀ ਵਾਲਾ ਲਾਲ ਝੂਠੀ ਗੱਲ ਨਾ ਕਰੇ 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 ਲਾਠੀਆਂ ਤੇ ਗੋਲੀਆਂ ਤੋਂ ਅਸੀਂ ਨਾ ਡਰੇ 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 ਅਠੌਲੀ ਵਾਲਾ ਲਾਲ ਝੂਠੀ ਗੱਲ ਨਾ ਕਰੇ ਅਠੌਲੀ ਵਾਲਾ ਲਾਲ ਝੂਠੀ ਗੱਲ ਨਾ ਕਰੇ ਹਾਂ ਲਾਠੀਆਂ ਤੇ ਗੋਲੀਆਂ ਤੋਂ ਅਸੀਂ ਨਾ ਡਰੇ ਹੋ ਮੈਂ ਕਿ ਲਾਠੀਆਂ ਤੇ ਗੋਲੀਆਂ ਤੋਂ ਅਸੀਂ ਨਾ ਡਰੇ ਜਿਗਰੇ ਤੁਹਾਡੇ ਘਰ ਸਿਫਤਾਂ ਜਹਾਨ ਜਿਗਰੇ ਤੁਹਾਡੇ ਘਰ ਸਿਫਤਾਂ ਜਹਾਨ ਮੈਂ ਕਿ ਜਿੱਤ ਗਏ ਮਜ਼ਦੂਰ ਤੇ ਕਿਸਾਨ ਲੋਕੋ ਜਿੱਤ ਗਏ ਮਜ਼ਦੂਰ ਤੇ ਕਿਸਾਨ ਅੱਜ ਜਿੱਤ ਗਏ ਮਜ਼ਦੂਰ ਤੇ ਕਿਸਾਨ ਸੱਚੀ ਜਿੱਤ ਗਏ ਮਜ਼ਦੂਰ ਤੇ ਕਿਸਾਨ ਅਠੌਲੀ ਵਾਲਾ ਲਾਲ ਝੂਠੀ ਗੱਲ ਨਾ ਕਰੇ ਅਠੌਲੀ ਵਾਲਾ ਲਾਲ ਝੂਠੀ ਗੱਲ ਨਾ ਕਰੇ ਅਠੌਲੀ ਵਾਲਾ
झूठी गल ना करे टौरी वाला लाल झूठी गल ना करे मैं कह लाठियां ते गोलियां तो असी ना डरे लाठियां ते गोलियां तो असी ना डरे सच्ची लाठियां ते गोलियां तो असी ना डरे लाठियां ते गोलियां तो असी ना डरे ओ जिगरे तुहाडे कम नसीब दा जहान जिगरे तुहाडे कर सिफत दा जहान मैं कह जित गए मजदूर ते किसान जित गए मजदूर ते किसान आज जित गए मजदूर ते किसान पहला वांगू नारा आज लाओ दोस्तो पहला वांगू नारा आज लाओ दोस्तो मैं कह नच नच खुशियां मनावो दोस्तो नच नच खुशियां मनावो दोस्तो ओ पहला वांगू नारा आज लाओ दोस्तो नच नच खुशियां मनावो दोस्तो सच्ची नच नच खुशियां मनावो दोस्तो नच नच खुशियां मनावो दोस्तो दिलो धन्यवाद कीते दानियां ने दान दिलो धन्यवाद कीते दानियां ने दान मैं कह जित गए मजदूर ते किसान हां जित गए मजदूर ते किसान एक बार तालियां बजा के कहो ओ जित गए लोको जित गए ओ आज जित गए मैं जित गए मजदूर ते किसान लहर जित गए मजदूर ते किसान किसान मजदूर एकता किसान मजदूर एकता लो जी हुण तालियां तुसी जिन्हां ने दान किया इस शिंगार वास्ते उन्होंने लिए भी जोरदार तालियां जिन्हें भी दान किया दानियां दा दानियां नूं सलाम है मैं जो पिछली तो पिछली वारी भी आया कितने पिनिया कितने कुछ कितने दुध कितने बदाम कितने पता ही नहीं की कुछ चल रहा सी मैनू पता लग गया इन्होंने चार पांच पिनिया उदो खादिया सी बोले सोनिया मैं शेख आके गया सी मेरा भरा आया लो जी हुण मैं जे लो जी मैं हुण दो तीन मिनट की हाजरी लाउणी चाहुंदा क्योंकि मैनू साडे प्रधान जी कहिंदे भी ज़्यादा सारा गाना पैना तो मैं मेरा दिल करता कि जेडे शहीद हैं जो सरदार भगत सिंह प्यार करते जरा हाथ खड़े करके तालियां बजा के दसो उन्होंने नाम से मैं हुण शहीद आजम सरदार भगत सिंह उन्हां दी घोड़ी मैं ते सरदार अली जी चल खड़े हो जाओ फिर ना बह के कोर्स लगता हाँ जी हाँ जी शहीद सरदार भगत सिंह जी उन्हां दी घोड़ी आप जी की नज़र करन लगे हैं केंद्र गोरिया मुकदमा करी आवई केंद्र गोरिया गोरिया मुकदमा करी आवई केंद्र गोरिया गोरिया मुकदमा करिया भगत सिंह सूर में दे दबा ला के हाँ ला के सी 300 दो दी ते फांसी वाली सजा कर दी गोरे जज ने सुना दिता फैसला गोरे जज ने हाँ जज ने सुना दिता फैसला
ਫੈਸਲਾ ਤੇ ਸੁਣ ਸੁਣ ਬੋਲੇ ਸੂਰਮਾ ਮੱਖਣਾ ਮੱਖਣਾ ਦੇਸ਼ ਨੂੰ ਪਿਆਰਾ ਜਿੰਦ ਤੋਂ ਅਸੀਂ ਰੱਖਣਾ ਉਹ ਦੇਸ਼ ਨੂੰ ਪਿਆਰਾ ਜਿੰਦ ਤੋਂ ਅਸੀਂ ਰੱਖਣਾ ਦੇਸ਼ ਨੂੰ ਪਿਆਰਾ ਜਿੰਦ ਤੋਂ ਅਸੀਂ ਰੱਖਣਾ ਮੁਲਾਕਾਤ ਨੂੰ ਜਦੋਂ ਸੀਮਾ ਆਈ ਬਈ ਮੁਲਾਕਾਤ ਨੂੰ ਕਾਤ ਨੂੰ ਜਦੋਂ ਸੀਮਾ ਆਈ ਸੈਂਟਰ ਲਾਹੌਰ ਜੇਲ ਵਿੱਚ ਪਿੱਛੇ ਸਿੱਖਾਂ ਦੇ ਭਗਤ ਸਿੰਘ ਵੇਖ ਕੇ ਅੱਖੀਆਂ ਚੋਂ ਪਾਣੀ ਆ ਗਿਆ ਬੇਕਮਾਂ ਨੂੰ ਭਗਤ ਸਿੰਘ ਬੋਲਿਆ ਬੇਕਮਾਂ ਨੂੰ ਭਗਤ ਸਿੰਘ ਬੋਲਿਆ ਕਿਹੜੀ ਗੱਲੋਂ ਹੰਝੂ ਕੇਰਦੀ ਮਾਰਾ ਹੌਸਲਾ ਡੁਲਾਣਾ ਚਿੱਤੀ ਅੰਮੀਏ ਥਾਪੀ ਦੇ ਕੇ ਭਗਤ ਸਿੰਘ ਨੂੰ ਬੋਲ ਕੇ ਮੈਂ ਦੇਸ਼ ਨੂੰ ਆਜ਼ਾਦ ਕਰਨਾ ਖੂਨ ਡੋਲ ਕੇ ਉਹ ਦੇਸ਼ ਨੂੰ ਆਜ਼ਾਦ ਕਰਨਾ ਖੂਨ ਡੋਲ ਕੇ ਮੈਂ ਦੇਸ਼ ਨੂੰ ਆਜ਼ਾਦ ਕਰਨਾ ਖੂਨ ਡੋਲ ਕੇ ਹਾਕ ਪੈ ਗਈ ਕਿਸ਼ਨ ਸਿੰਘ ਬਾਪ ਨੂੰ ਬਈ ਹਾਕ ਪੈ ਗਈ ਕਿਸ਼ਨ ਸਿੰਘ ਬਾਪ ਨੂੰ ਲਾਲ ਨਾਲ ਮੁਲਾਕਾਤ ਦੀ ਦੇਵੇ ਹੌਸਲਾ ਪੁਲਸੇ ਸਿਰ ਲਾਲ ਦਾ ਡੋਲ ਨਾ ਤੂੰ ਜਾਹੀ ਬੱਚਿਆ ਵੇ ਰੀਤੀ ਆਪਣੀ ਦੇਸ਼ ਲਈ ਮਰਨਾ ਮਾਂਡਲੇ ਦੀ ਪੁੱਛ ਜੇਲ ਤੋਂ ਜਿੱਥੇ ਤੇਰਾ ਸੀ ਅਜੀਤ ਸਿੰਘ ਚਾਚਾ ਵੇ ਜਿੱਥੇ ਤੇਰਾ ਸੀ ਅਜੀਤ ਸਿੰਘ ਚਾਚਾ ਜਿੱਥੇ ਤੇਰਾ ਸੀ ਅਜੀਤ ਸਿੰਘ ਚਾਚਾ ਦੇਸ਼ ਲਈ ਸ਼ਹੀਦ ਹੋ ਗਿਆ ਹੱਸ ਕੇ ਕੌਮ ਲਈ ਕਿੰਜ ਮਾਰਨਾ ਗਿਆ ਦੱਸ ਕੇ ਉਹ ਕੌਮ ਲਈ ਕਿੰਜ ਮਾਰਨਾ ਗਿਆ ਦੱਸ ਕੇ ਉਹ ਕੌਮ ਲਈ ਕਿੰਜ ਮਾਰਨਾ ਗਿਆ ਦੱਸ ਕੇ ਕੌਮ ਲਈ ਕਿੰਜ ਮਾਰਨਾ ਗਿਆ ਦੱਸ ਕੇ ਘੰਟੀ ਵੱਜ ਗਈ ਮੁਲਾਕਾਤ ਛੁੱਟ ਗਈ ਮੇਰੀ ਘੰਟੀ ਵੱਜ ਗਈ ਮੁਲਾਕਾਤ ਛੁੱਟ ਗਈ ਕੱਢ ਲਿਆ ਕੋਠੜੀ ਵਿੱਚੋਂ ਭਗਤ ਸਿੰਘ ਨੂੰ ਸਿੰਘ ਨੂੰ ਲਾ ਲਿਆ ਮੂਹਰੇ ਗੋਰਿਆਂ ਦੀ ਗਾਰਦ ਨੇ ਜਾਂਦੇ ਸ਼ੇਰ ਨੇ ਸ਼ੇਰ ਨੇ ਮਾਰਿਆ ਨਾਰਾ ਵੀ ਜਾਂਦੇ ਸ਼ੇਰ ਨੇ ਮਾਰਿਆ ਨਾਰਾ ਇਨਕਲਾਬ ਜਿੰਦਾਬਾਦ ਦਾ ਫਾਂਸੀ ਦੇ ਦਿੱਤਾ ਇਨਕਲਾਬ ਜਿੰਦਾਬਾਦ ਉਹ ਜਾਂਦੇ ਸ਼ੇਰ ਨੇ ਮਾਰਿਆ ਨਾਰਾ ਇਨਕਲਾਬ ਜਿੰਦਾਬਾਦ ਦਾ ਫਾਂਸੀ ਦੇ ਦਿੱਤਾ ਭਗਤ ਸਿੰਘ ਸੂਰਮਾ ਮਰ ਜਾਣ ਪਾਪੀ ਗੋਰੀਆ ਰਾਣਾ ਉਹ ਭਰਤ ਥਰੀਕੇ ਵਾਲੇ ਆ ਗਿਆ ਪਹਾਣਾ ਭਰਤ ਥਰੀਕੇ ਵਾਲੇ ਆ ਗਿਆ ਪਹਾਣਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸ਼ੁਕਰਗੁਜ਼ਾਰ ਹਾਂ ਕਿ ਇਸ ਮੰਚ 'ਤੇ ਅੱਜ ਸਾਡੇ ਵੀਰਾਂ ਦੀ ਬਦੌਲਤ ਇਹਨਾਂ ਅਹੁਦੇਦਾਰਾਂ ਦੀ ਬਦੌਲਤ ਚਾਹੇ ਭਾਅ ਜੀ ਨੇ ਚਾਹੇ ਪਹਿਲਾ ਭਾਅ ਜੀ ਨੇ ਚਾਹੇ ਸਾਡੇ ਅਠੌਲੀ ਤੋਂ ਭਾਅ ਜੀ ਨੇ ਜਿੰਨੇ ਵੀ ਸਾਡੇ ਕੁਲਥਮ ਵਾਲੇ ਭਰਾ ਨੇ ਸਾਰਾ ਦੁਆਬਾ ਹੀ ਹੈ ਜ਼ਿਆਦਾ ਮੈਨੂੰ ਨਜ਼ਰ ਆ ਰਿਹਾ ਅਤੇ ਬਾਕੀ ਸਾਰੇ ਆਏ ਹੋਏ ਹੈ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਸੋ ਬਹੁਤ ਬਹੁਤ ਮਿਹਰਬਾਨੀ ਹੈ ਆਹ ਦੇਖੋ ਮੇਰੇ ਤੋਂ ਪਹਿਲਾਂ ਉਹ ਪਤਾ ਨਹੀਂ ਕਿਹੜੀ ਭਾਸ਼ਾ ਬੋਲਦੇ ਸੀ ਸਮਝ ਤਾਂ ਨਹੀਂ ਲੱਗੀ ਪਰ ਸਾਨੂੰ ਇੱਦਾਂ ਪਤਾ ਲੱਗਦਾ ਸੀ ਵੀ ਉਹ ਕਿਸਾਨਾਂ ਦੇ ਹੱਕ ਵਿੱਚ ਸਾਰਾ ਕੁਛ ਬੋਲ ਰਹੇ ਆ ਸਾਨੂੰ ਪਤਾ ਨਹੀਂ ਲੱਗਿਆ ਕਿ ਉਹਨਾਂ ਦੀ ਭਾਸ਼ਾ ਕਿਹੜੀ ਹੈ ਜਾਂ ਉਹਨਾਂ ਦਾ ਮਤਲਬ ਕੀ ਕਹਿ ਰਹੇ ਆ ਉਹ ਟੰਡਲੂਣੀ ਗਾਉਣੀ ਰੋਣ ਵਾਲੀ ਮਤਲਬ ਇੱਦਾਂ ਦੀ ਕੁਛ ਗੱਲਬਾਤ ਸੀਗੀ ਫਿਰ ਇਹ ਪਤਾ ਲੱਗਦਾ ਸੀ ਵੀ ਉਹਨਾਂ ਦੇ ਅੰਦਰ ਜਨੂੰਨ ਹੈ ਜਿਵੇਂ ਅੱਜ ਜਨੂੰਨ ਹੈ ਇੱਥੇ ਮਾਝਾ ਮਾਲਵਾ ਅਤੇ ਦੁਆਬਾ ਇਕੱਠਾ ਹੋਇਆ ਇੱਕ ਵਾਰੀ ਦੱਸ ਦਿਓ ਮਾਝੇ ਮਾਲਵੇ ਦੁਆਬੇ ਵਾਲਿਓ ਇਨਕਲਾਬ ਬੋਲੇ ਸੋਨੀਹਾ ਮੈਂ ਇਹਨੇ ਕਹਿੰਦਾ ਖੇਮਾ ਮੰਗਦਾ ਮੇਰੇ ਤੋਂ ਬੋਲਦਿਆਂ ਤੋਂ ਗਾਉਂਦਿਆਂ ਤੋਂ ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਕੰਨਾ ਮਾਤਰ ਸਿਹਾਰੀ ਵਿਆਰੀ ਐਂਕੜ ਦਲੈਂਕੜ ਇੱਧਰ ਉੱਧਰ ਵਰਤ ਗਿਆ ਹੋਵੇ ਤਾਂ ਅਸੀਂ ਮਾਫ਼ੀ ਮੰਗਦੇ ਹਾਂ ਅਤੇ ਅੰਤ ਵਿੱਚ ਫਿਰ ਫਤਿਹ ਬੁਲਾ ਦਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਲੇ ਲੱਡੂ ਕਿਹਨੇ ਕਿਹਨੇ ਖਾਧੇ ਜਰਾ ਤਾਲੀਆਂ ਵਜਾ ਦਿਓ। ਹੁਣ ਮੈਂ ਸਟੇਜ ਸੈਕਟਰੀ ਦਾ ਕੰਮ ਕਰ ਦੇਵਾਂ ਅਤੇ ਮੇਰੇ ਤੋਂ ਬਾਅਦ ਵਿਸ਼ਵ ਦਾ ਨਾਮ ਔਰ ਪੂਰੀ ਦੁਨੀਆ ਦਾ ਵਿੱਚ ਸਥਾਪਿਤ ਨਾਮ ਮੇਰਾ ਛੋਟਾ ਵੀਰ ਸਰਦਾਰ ਅਲੀ ਜੀ ਆਪ ਜੀ ਨਾਲ ਮੁਖਾਤਬ ਹੋਣਗੇ। ਤਾਲੀਆਂ ਵਜਾ ਕੇ ਇਸਤਕਬਾਲ ਕਰਦੇ ਹਾਂ।